ਦੋਸਤੋ ਮੈਂ ਜਿਹੜਾ ਸ਼ਾਇਰ ਨੂੰ ਹੁੰਦਾ ਉੱਥੇ ਕਲਾਮ ਦੇ ਰਿਹਾ ਬਹੁਤ ਹੀ ਅੱਛੇ ਲਿਖਾਰੀ ਮੇਰੇ ਜ਼ਿਲ੍ਹਾ ਮੰਡੀ ਬਾਬਲਦੀਨ ਦਾ ਫਖਰ ਮਾਰ ਗੁਲਾਮ ਮੁਹੰਮਦ ਦਾਦ ਸਾਹਿਬ ਦੇ ਬੜੇ ਮਾਇਨਾਤ ਸ਼ਾਗਿਰਦ ਬੜੇ ਸੋਹਣੇ ਅੰਦਾਜ਼ ਵਿੱਚ ਉਸ ਆਖਿਆ ਕਿ ਅਸਾਂ ਰੁਸਤਮ ਵਾੜ ਤੇ ਚਿੜੀਆਂ ਕੋਈ ਨਾ ਇਹ ਧਮਕੀਆਂ ਹੋਰ ਕਿਦਾਂ ਇਹਦੇ ਜਨਾਬ ਰੁਸਤਮ ਜਾਇਆ ਸਾਹਿਬ ਸਟੇਜ ਤੇ ਤਸ਼ਰੀਫ ਲਿਆ ਰਹੇ ਨੇ ਤੁਹਾਡੀਆਂ ਭਰਪੂਰ ਤਾੜੀਆਂ ਦੇ ਵਿੱਚ ਬਿਸਮਿਲ੍ਲਾ ਰਹਿਮਾਨ ਰਹੀਮ ਭਾਈ ਜ਼ਮਾਨ ਮੇਰਾ ਜਿਤਨਾ ਤਾਰਫ ਕਰਾ ਛੱਡਿਆ ਹੈ ਇਹ ਉਹਨਾਂ ਦੀ ਆਲਾ ਜ਼ਰਫ ਹੀ ਹੈ ਮੈਂ ਇਸ ਕਾਬਿਲ ਨਾ ਲੇਕਿਨ ਮੈਂ ਉਹਨਾਂ ਦਾ ਮਸ਼ਕੂਰ ਹਾਂ ਕਿਬਲਾ ਮਾਰ ਨਜ਼ੀਰ ਅਮਨ ਨਜ਼ੀਰ ਸਾਹਿਬ ਔਰ ਸਾਡੇ ਵੱਡੇ ਭਾਈ ਤੁਹਾਡੇ ਇਲਾਕੇ ਦਾ ਫਖਰ ਭਾਈ ਅਮਨ ਨਿਵਾਜ਼ ਆਦਲ ਸਾਹਿਬ ਗੱਲ ਹਕੀਕਤ ਪਿਆ ਕਰਦਾ ਮਾਰ ਸਾਹਿਬ ਦੀ ਤੇ ਮਨੋਬਰ ਤੁਹਾਡੇ ਇਲਾਕੇ 'ਚ ਲੱਗ ਗਈ ਹੈ ਸਾਡੇ ਇਲਾਕੇ ਦੇ ਬੰਦੇ ਜਿਹੜੇ ਸਿਰਫ ਸ਼ੌਕੀਨ ਨੂੰ ਨਾ ਤੁਹਾਡੇ ਇਲਾਕੇ ਦੇ ਸ਼ੁਰਾ ਦੇ ਨਾਂ ਤੋਂ ਵੀ ਡਰਦੇ ਹਨ ਅਖਤਰ ਅਸਰਤ ਸਾਹਿਬ ਭਾਈ ਆਦਲ ਸਾਹਿਬ ਜਵੇਦ ਰਾਜ਼ ਮਲਕਾੜਾ ਖਾਨ ਸਾਹਿਬ ਵਫਾਤ ਪਾ ਗਏ ਕਿਬਲਾ ਬਾਬਾ ਰਾਹ ਸਾਈਂ ਸਾਹਿਬ ਇਹ ਧਰਤੀ ਉਹਨਾਂ ਬੰਦਿਆਂ ਦੀ ਹੈ ਅਤੇ ਸਾਡਾ ਤਾਂ ਇਤਨਾ ਤਾਰਫ ਹੀ ਨਹੀਂ ਸ਼ਹਿਰੀ ਦੇ ਹਵਾਲੇ ਨਾਲ ਅਤੇ ਮੈਂ ਤੁਹਾਨੂੰ ਕਿਸੇ ਗੱਲ 'ਤੇ ਮਜਬੂਰ ਨਹੀਂ ਕਰਨਾ ਵੀ ਤੁਸੀਂ ਤਾੜੀ ਮਾਰੋ ਜਾਂ ਦਾਤ ਦਿਓ ਇਹ ਮੇਰੀ ਮਦਾਰੀ ਹੈ ਜੇ ਸੱਪ ਕੱਢਿਆ ਤਾਂ ਤੁਸੀਂ ਦਾਤ ਦੇਣੀ ਹੈ ਅਤੇ ਜੇ ਸੱਪ ਨਾ ਹੋਵੇ ਤਾਂ ਮੈਂ ਮਜਬੂਰ ਕਰਾਂ ਤਾਂ ਮੇਰੀ ਵੀ ਜ਼ਿਆਦਤੀ ਹੈ ਸਲਾਮਤ ਰਹੋ ਬਿਸਮਿਲ੍ਲਾ ਭਾਈ ਜਾਨ ਕੋਈ ਨਾ ਮਿਸ ਹੋ ਜਾਵੇ ਮੇਰੇ ਕੋਲ ਇੱਕ ਤਾਂ ਪੜ੍ਹ ਤਾਂ ਮੈਂ ਤਕਰੀਬਨ ਤੁਹਾਡੇ ਇਲਾਕੇ 'ਚ ਰਿਹਾ ਸੁਬਹਾ ਵੀ ਖੁਸ਼ਾ ਵੀ ਪੜ੍ਹ ਰਿਹਾ ਲੇਕਰ ਇਹ ਪੜ੍ਹੀ ਜਾਏ ਬਾਈ ਤੋਸੀਫ ਸਾਹਿਬ ਭਾਈ ਆਦਲ ਸਾਹਿਬ ਅਬਦੁੱਲਾ ਉਮਰ ਦਰਾਜ ਸਾਹਿਬ ਮੁਹੰਮਦ ਫਿਆਜ਼ ਅਵਾਨ ਸਾਹਿਬ ਔਰ ਦੀਗਰ ਜੁਮਲਾ ਬਾਬ ਮੇਰੇ ਛੋਟੇ ਭਾਈ ਫਰਜ਼ੰਦ ਫਖਰੇ ਸਰਗੋਦਾ ਮਾਰ ਨਜ਼ੀਰ ਅਮਨ ਨਜ਼ੀਰ ਸਾਹਿਬ ਭਾਈ ਬਿਲਾਲ ਨਜ਼ੀਰ ਸਾਹਿਬ ਸਾਡੇ ਨਾਲ ਤਸ਼ਰੀਫ ਫਰਮਾਏ ਮਾਰ ਤੁਕੀਰ ਨਜ਼ੀਰ ਸਾਹਿਬ ਦੇ ਬਰਾਦਰੇ ਹਕੀਕੀ ਫੇਕ ਦੋੜਾ ਕਿਬਲਾ ਮਾਰ ਨਜ਼ੀਰ ਸਾਹਿਬ ਉਸ ਸ਼ਾਨਾ ਵਾਲੇ ਦੀ ਸ਼ਾਨ 'ਚੋਂ ਅਤੇ ਬਾਕੀ ਦੁਨੀਆਦਾਰੀ ਕੁਝ ਸਾਡਾ ਸਟਾਈਲ ਵੀ ਤਕੜਾ ਜਿਹਾ ਹੈ ਹਾਜੀ ਮਨਸੂਰ ਸਾਹਿਬ ਦੇ ਬੇਟੇ ਦੀ ਸ਼ਾਦੀ ਆ ਜਨਾਬ ਅਤੇ ਉਹ ਸਰੈਕੀ ਹੋਰ ਪੜ੍ਹਦੇ ਨੇ ਉਹ ਦੂ ਤ੍ਰਿਉ ਜ਼ਬਾਨਾਂ ਦੇ ਸਿੰਗਰ ਆਏ ਉਹ ਇੱਕ ਸਾਡੇ ਇਲਾਕੇ ਦਾ ਸ਼ਾਇਰ ਆ ਉਸ ਪਹਿਲਾਂ ਸੱਦ ਮਾਰਿਆ ਨਾਲ ਸੇਮ ਨਾਲਾ ਇੱਕ ਬੱਚਾ ਨਾਲੇ ਜਾ ਪਿਆ ਕੋਈ ਸਾਡਾ ਸਟਾਈਲ ਵੀ ਤਕੜਾ ਜਿਹਾ ਬਰਦਾਸ਼ਤ ਕਰਿਆ ਹੈ ਬਿੱਦੂ ਮਲਕ ਤਾਰਕ ਅੰਗਰਾਜ ਸਾਹਿਬ ਅਫੀਸਰ ਅਕਾਊਂਟ ਰਾਹੁਲ ਪਿੰਡੀ ਚੀਫ ਗੈਸਟ ਔਰ ਮਾਰ ਨਜ਼ੀਰ ਅਮਨ ਨਜ਼ੀਰ ਸਾਹਿਬ ਉਹਨਾਂ ਦੇ ਇੰਤਾਈ ਲੈਕ ਸ਼ਗਿਰ ਫਿੱਦੂ ਢਹਿ ਕੇ ਜਦਣ ਕਰੀਮ ਤੋਂ ਮੰਗੀਏ ਕਰ ਸੋਚ ਤੂੰ ਢੇਰ ਅਤਾ ਦਿੰਦਾ ਹੈ ਮਲਕ ਸਾਹਿਬ ਜਿਹੜੇ ਵਹਿਮ ਗੁਮਾਨ 'ਚ ਨਹੀਂ ਆਉਂਦੇ ਉਹ ਸੁੱਖ ਵੀ ਝੋਲੀ ਪਾ ਦਿੰਦਾ ਹੈ ਔਰ ਜਿਹੜੇ ਬੰਦੇ ਤਰੀਖ ਤੋਂ ਵਾਕਫ ਹਨ ਗੱਤੇ ਆਦਮ ਵਾਸਤਾ ਮਦਨੀ ਦਾ ਉਸੇ ਵੇਲੇ ਮੇਲ ਕਰਾ ਦਿੰਦਾ ਹੈ ਮਾਰ ਸਾਹਿਬ ਲਵੇ ਫਾਤਾ ਨਿੱਕੀ ਜਿਹੀ ਗਲਤੀ ਤੂੰ ਆਲਮ ਇਬਲੀਸ ਬਣਾ ਦਿੰਦਾ ਹੈ ਸਲਾਮਤ ਰਹੋ ਇੱਕ ਹੋਰ ਅਹਿਲੇ ਬੈਤ ਦੇ ਹਵਾਲੇ ਨਾਲ ਇੱਕ ਬੰਬ ਔਰ ਸਬਕ ਮੌਜ ਗੱਲਾਂ ਦਿੱਲੇ ਬਾਬਾ ਦੇ ਕੋਈ ਗੱਲ ਤੁਹਾਡੇ ਪੱਲੇ ਪੈ ਜਾਵੇ ਬਾਕੀ ਜ਼ਮਾਨਾ ਸਾਜ਼ੀ ਤੇ ਆਲਰੇਡੀ ਹੈ ਹੀ ਹੈ ਉਹ ਤੇ ਹਰ ਬੰਦੇ ਨੂੰ ਪਤਾ ਹੈ ਭਾਈ ਜਾਨ ਤਬਲੀਗ ਭਾਈ ਆਦਲ ਸਾਹਿਬ ਚਲਤਾ ਰਹਿਣੇ ਦੋ ਸਿਲਸਿਲਾ ਦਿਲਦਾਰੀ ਕਾ ਆਸ਼ਕੀ ਦੀਨ ਨਹੀਂ ਜੋ ਮੁਕੰਮਲ ਹੋ ਜਾਏ ਤਬਲੀਗ ਇਸਲਾਮ ਦੀ ਹਰ ਦੌਰ 'ਚ ਕੋਈ ਸ਼ੱਕ ਨਹੀਂ ਹੁੰਦੀ ਆਈਏ ਸਾਡੇ 900 ਸਾਲ 'ਚ ਆਦਮੇ ਸਾਨੀ ਦੁਆ ਮੰਗ ਕੇ ਉਮਤ ਲੜਾਈਏ ਔਰ ਅਸਹਾਬ ਵੀ ਬਹੁ ਕੁਰਬਾਨੀਆਂ ਦਿੱਤੀਆਂ ਉਲਮਾ ਤਾਰੀਖ ਚਲਾਈਏ ਪਰ ਸਿਰ ਦੇ ਕੇ ਰੁਸਤਮ ਦੀਨ ਦੀ ਪਦ ਮੇਰੇ ਪੀਰ ਹੁਸੈਨ ਬਚਾਈਏ ਸਲਾਮਤ ਰਹੋ ਮੇਰੀ ਹਾਜ਼ਰੀ ਹੋ ਗਈ ਮੈਨੂੰ ਹੁਕਮਾ ਭਾਈ ਹਫੀਜ਼ ਤੋਸੀਫ ਸਾਹਿਬ ਦਾ ਮਲਕ ਤਹਿਰ ਮਹਿਮੂਦ ਅਵਾਨ ਸਾਹਿਬ ਮਾਰ ਗੁਲਾਮ ਮੁਹੰਮਦ ਦਰਦ ਸਾਹਿਬ ਦੇ ਇੰਤਾਈ ਲੈਕ ਸ਼ਗਿਰ ਮਾਰ ਵਾਰਸ ਸਿਆਲ ਜੰਗ
اور دیگر جملہ با بھائی دولہ صاحب اور دولہ دے نال جڑے بھائی بیٹھے ہون اے جتنے بلیک اینڈ وائٹ بھائی بیٹھے ہون میں نا نا فردن فردن لے سکتا ٹھیک لگدے نو جی میں تساں سٹارٹ وچ زیادتیاں کیتیاں بار نہ تاڑی نہ بولنا نہ چلنا ٹھیک لگدے نو آکھیا دل دل ویندے نے باپ دے نشیاں وچ بھائی وال زیادتی کوئی نہیں جائز دل ویندے باپ دے نشیاں وچ بھائی وال زیادتی کوئی نہیں لتاں دے کے کوندن کیریاں نو ہمتال زیادتی کوئی نہیں قبلہ مار صاحب کسے نال وی کردے رستم جھایا لاجپال زیادتی کوئی نہیں او میتو کھو کے دل پیا غیر نو دینا ہے او میرے نال زیادتی کوئی نہیں سلامت رہو شکر ہے تسا بول پائے ہو جڑے پچھلے صدر صاحب آئے ہو پانچ سال نہیں بولے کدائیوں سبزی لین گئے تے دکاندار کو سبزی لے کے پوچھ دین عادل بھائی کتنے پیسے ہو سکیا صدر صاحب پیسہ کوئی نہیں شکر ہے تسا بول پائے ہو سلامت رہو سنگ رہ کے بھائی شاہد صاحب بھائی زمان صاحب قبلہ مار نذیر احمد نذیر صاحب بھائی بلال نذیر صاحب ملک توصیف صاحب مار وارث سیال صاحب ٹھیک لگدے نو آکھیا جڑا اج کل ٹرینڈ چل رہا ہے عادل بھائی سنگ لے کے کچھ کم ظرفاں نو ویلا بھوئے تے بھار بنائی وتنا ہے اوئے نہ کوئی نو پیڑے چ کنڈ کجنی ہے جڑے تو پنج مار بنائی وتنا ہے سلامت رہو اور سانو سارے واسطے رستم جھایا جڑے گل دے ہار بنائی وتنا ہے او بھڑیا سائیں او جے نوکر نہ رکھ دے جڑے تو سردار کوئی تے تواڈے سی میں بھی آئے نا اسائیں او جے نوکر نہ رکھ دے جڑے تو سردار بنائی وتنا ہے کچھ میری ذات ہیں دی رستم جھایا کچھ تسی بھی واقعی سیریس ہو گئے ہو اللہ پاک دوان سلامت رکھے بھائی جان میں جناب دی نظر دوڑا کر رہے ہیں جے بھائی اور تک دوڑا یاد آ گیا ہے اے جڑوں نہ بیٹھے ہوں اسا لفظ جتھے مکے تن سمجھ آ جاسی عادل بھائی اسا جو کو جہاں تیرے سامنے آ تینوں اپنا آپ وکھا چھڑیا ہے سکھ وقت سکون حیاتی دا تیری شکل معصوم تے لا چھڑیا ہے اور کوئی شک نہیں حسن دا یوسف سانی مکدیے تیریاں کالیاں اکھیاں سن رستم جایا کھت سلامت رہو اپنی مرضی ہے تے تاڑی مار لو مارے آئے کٹھی جی بسم اللہ ملک توصیف حفیظ اوان صاحب جی میں میری قوم اوپری ہے انجے تو ہڈے کول وی یہ مسئلہ ہے تقریبا ہر جات چل رہا 40 کلومیٹر تو بعد بن جاندا ہے جناب دے حکم تے دوڑا ماروار سیال صاحب پنجابی ادبی شاعر تیر محمود اوانا بھوکھی وادی اسوں اساں قبلہ مار صاحب اساں جو کو جہاں تیرے سامنے اپنا آپ وکھا چھڈیا ہے سکھ بخت سکون حیاتی دا تیری شکل معصوم تے لا چھڈیا ہے اور کوئی شک نہیں وقت دا یوسف سانی تینوں رب دی ذات بنا چھڈیا ہے گل مکدی ہے تیریاں کالیاں اکھیاں او سن رستم جایا کھا چھڈیا ہے سلامت رہو ادے نال ہی میں کوشش کرسا بھائی احمد نواز عادل صاحب قبلہ مار نذیر احمد نذیر صاحب جنہاں دیاں جتیاں چ بہ کے اساں شہری سکھیے ساڈے واسطے تے واللہ با خدا اے ہی بہت وڈا اعزاز اے ساڈے علاقے دا مان جس ٹائم اسی جمے ہی ناسی اس ٹائم مار صاحب ٹی وی تے پڑھدے آئے اج انہاں دی مڑ جتیاں چ پڑھدے پئے ہاں تے میں کوشش کرسا جڑا خیال سناواں نواں ہوئے میں شہری دے انداز وچ اپنے لگتے دی تعریف کیتی ہے آج تے مڑا ہی اپنے لگتے نا جڑے کول بیٹھے بھائی احمد نواز عادل صاحب ایک دعا لکھی ہے بھائی عمر دراز صاحب اللہ سونا مار بلال نذیر صاحب توجہ اللہ سونا
सोनी लिख छोड़े मेरा चंद तकदीर तू हटी जिदे नजर भवाई अगो नजर आवे कुल होम जागीर तू हटी और कर ही कुछ सकते ही रुस्तम छाया बेली सिर्फ अखीर तू हटी जितना मेरा जोर लगता कभी अद्धा भी ला हुआ ना ते पढ़ जाना किसे जाते सलामत रहो दिल आदा सौ दे नोट ते होवे मेरा चंद तस्वीर तुहाडी किबला मार नजीर अमन नजीर साहब उन्हां दे इंतहा जी जी मैं ना करता मेरी अकीदत है ना कर ही कुछ सकता समझाया मेरे वड़े भाई उस्ताद जमान साहब भाई बाबर शहजाद कमर पंजाबी अदबी शहर भाई डायम साहब भाई शहजाद साहब दीगर जुमला बाब साई जिन्हें मौसम की रद्दो बदल बनी हुई है कच्ची कच्ची कुली ते बदल उदासियां दे खाली गजन ताजान करें दिन तवजो कच्ची कुली ते बदल उदासियां दे खाली गजन ताजान करें दिन अंग्रेज साहब चंगी नस्ल दे घोड़े लगे हुए फेड़ विच ना बजन ताजान करें और अजमाए ऐब रकीबां दे रुस्तों में जाया ओ भुखे रजन ताजान सलामत रहो तुहाडी चोपता सदका एक होर दौड़ा चंगे बड़ी मेहरबानी असी भी अखी वाले होंदे देख लेंदे केड़ा बंदा पे समझ के सुनता है साई चंगे चंगे वक्त सुरात ते वांग होंदे सतवीं रात नूं नेक लोगों ने एक सुरात दिसदी अख जमकण दा लाजा जेड़ी दुआ मंगो अदल बिरा कबूल होंगी है वह नक्शा जेन च रखना और मैं थोड़ा जिते मुकाया तवज्जो करनी है चंगे वक्त सुरात दे वांग होंदे ए जिंदगी भर नहीं रहंदे बेली फुटन ते मातम करना पौंदा है सदा वसदे दर नहीं रहंदे और मुक वैंदे ने शौक उडारियां दे जदा साबित पर नहीं रहंदे इक्को पासा रहंदा है रुस्तम झाया सलामत रहो इको पासा रहा है रुस्तम जाया बेली रखिया घर नहीं रहा और दूल्हा साहब असा दो गुमनाम झुगिया विच तेरा बहु मशहूर गिरा सही आदल बिरा साडे सिर ते कड़क दी दुप गुरबत दी तेरे सिर ते बाप दी छां सही साडा रुस्तम रब तू वखरा कोई नहीं तेरा ताबेदार जहां सही ओ सांगा पैरी ढह के नहीं गड़ना तेरा नहीं दिल सजन ते नास सलामत रहो जेड़े बंदे पीछे बैठे हो वो मेरा ख्याल है पाबंद रोना बाद इस ताड़ी मारनी है उन्हां दी मेरे नाल गल हो गई है भाई जान ऐ जेड़े भाई बैठे हो मैं जुलाब दी नजर एक दौड़ा प्या करदा अपनी अकीदत शो करनी किबला मार नजीर अमन नजीर साहब भाई दैन साहब उस्ताद जमान साहब जिस टाइम थक जाओ दस छड़िया है हाँ कोई मसला नहीं लगते नु आख्या भाई जान अकीदत वेखनी है किबला आदल साहब भावे तू बंदा लूट तो मूड बना है चा सिर कदमी धरना बनता है पर तेनू वेख के सजन रखीब दे घर च मेरा मातम करना बनता है और होवे कायम ईमान तर उस तुम छाया कच्चे घड़े उत्ते तरना सदे कोई सरकार न होए करके मेरी जात दा मरना सदे कोई सरकार न होए करके मेरी जात दा मरना बनता है और दिल जिस इंसान नु दे बैठा सलामत रहो दिल जिस इंसान नु दे बैठा ओदा होर किसे ते दिल मेरे नाजक दिल ते नफरत दे ओ बशर मरेंदा केला और ओता मालक काबेली मर्जियां दा केड़ा मैं मस्कीन दा टेला जिन रुस्तम शेर बनाई रखिया है ओ ओता सिरियां दा बोल
سلامت رہو سلامت رہو تسا جیو ایک بندے دا مار صاحب آج یہ بندے میں لگے جلیو چلو انہاں سمجھتے نہیں انہاں دی ہٹنگ تے نہیں کردے بادب طریقے نہ سن رہے ایک بندے دا لگدا بیمار آ شاید آج جڑے مشہر اچھی کیوں دوڑا ہوئے بھائی عادل صاحب بھائی بابر شداد کمر صاحب قبلہ مار نظیر احمد نظیر صاحب دیا شگردان چو سردار شگرد میرے پچھے بیٹھے اور میرے دوتے بہت میاردہ پڑھ دینا ساڑیاں تو غلط سی دیا لین لکن عادل بیا ایک بندے دا لگدا بیمار آ اور قریب المرگا مرگا توجہ اون کسے بندے دسیا بھائی یار تیرا فلانا لگدا تے مردا پی جی میں معشوق لاپرواہ اندر سکیا میں کل چیک کر لی سا وہ دوے دیڑے گیا تو واقعی قریب المرگا جس ٹائم اس اپنے لگدے نو ویکھیا نا با میرا تے لگدا بوئے تھی آ گیا ہے بیمار منجی دیاں سیڈا پھد کے اٹھ کے بہ گیا اٹھ کے بیٹھا جی میں بیمار نو پچھیندا ہے منہ قرمانا کر کے آدھا سنا ہن کیویں طبیعت ہے جس ٹائم عاشق مشوق دا منہ مرجھانا ویکھیا نا دولا صاحب کیادا با ربی با پد کیادا با ربی پچھن بیمار نو آ گیا ہے او ربی پچھن بیمار نو آ گیا ہے میری صحت دا کوئی نہ غم کر میری زندگی موت وس مالک دے میرے کان ناک پر نام کر اور تینو اور میں کوئی تکلیف نہ دیندا کیمرہ مین تینو اور میں کوئی تکلیف نہ دیندا میرا رستم نکا جیا کم کر کیڑا او مینو تاپے تیریاں ادھراں دا او میرے سامنے بو مینو دم مینو تاپے تیریاں ادھراں دا میرے سامنے بو مینو دم کر سلامت رہو اور بھائی عادل صاحب ہٹ ویندن پالے غربت دے ساری زندگی راندے پو نہیں قبلہ مار نظیر صاحب دی میں جھولیش بیا دوڑا رکھ دا ہٹ ویندن پالے غربت دے ساری زندگی راندے پو نہیں او دے ہٹ تلوار زمیشان دی سکتے سبر غریب دا کو نہیں اور میں وستہ رستہ اجڑ گیا کیتا قسمت چون تھرو نہیں او جیڑے گھلیاں ہی رستو منائے ویندے آج صدیے ہی آندے او جیڑے گھلیاں ہی رستو منائے ویندے آج صدیے ہی آندے او نہیں اور دولا بھرا بھائی جان کر کر کے دعوے چان اس گیا چھڑی ڈھول پنجالی سکھنی تیری رستوں میں اس کم ظرفی تو میں نظار بھی پائے گئی چکھنی انگلا صاحب رانو صحبت قدم تاگ رسوائی دی میرے جگر تے کوئی نائی بکھنی کیوں جو تسا آج بھی کہیں دے کل بھی کہیں دے ساتھ تو نہیں ہوں دی مو رکھنی سلامت رہو بھائی جان آخری آخری جلکیاں میں بھی تھک گیا تو تسی تے اگے ہی تھکی ہوئے ہو آل ریڈی تھکی ہوئے ہو اللہ پاک پر سلامت رکھے جیس ٹائم اسی بڑے ہیں نا تے اتھے زنانہ عالم بیٹھی ہوئے آئے کنا بنیا وے کیوں نے ایک جنگ دا بندہ حج تے بھاگ گیا وہ اتھے گیا تے جیڑا ہو دا کوئی روم میٹا وہ ان میجا شریعہ تے رون لگ پہ اسم گیا پاک دھرتی تے آ گیا ہے عقیدت تو روندہ ہے سینگ ہے صبح اٹھیا جو بندہ بھات روندہ پیا وہ دے زین چو دولا صاحب ہوا سکے چو شام لو کام تو آیا تے بھات روندہ پیا رہا یار بندہ آئے بنے علاقے دے چیک کرائیں کوئی اور پریشانی نہ ہوئے وہ آدھا بھائی جان تریجا دیڑا ہے روندے پہ ہو خیر ہے وہ سکیا یار خیر کیڑی ہونیں گے پچھے شاہ جونے میڑا لگ گا ہوئے سارا ٹبر ہو دے گیا ہوئے میں اتھی آج تے پہ دھکے لینا یار دھکے لے تو آج تے شادی ہے چلو ایسا تے بطور صدا آئے ہویا تو آن تے خوشی ہونی چاہی دی انمار کا ایک موبائل تو دوڑا یاد آگیا بھائی عادل صاحب جس ٹائم لگ دیا نا سانگے سگنے ہوں تے کیس اٹائل ہوندہ ہے سکول دور دی گل سنا رہے ہیں اے اونا نہیں سمجھے ہونی جڑے ویندے رہے جڑے 200 دی سپیڈ تو لگ دیو نان کے پتا سکول کی بھائی جان مینو توڑا سجن کلاس اچ ملنا ہونی جس ویلے تفریح میرے ہوں ڈلنے انہا ادب تو کرنے میری ہر گل گل تے جیئے عادل برا سارے ملک تو وکری رستوں میں جایا جے دینی اتنی ایک ترجیئے اوئے دو کٹتے نا میں خود کال کرے نا
ਮੇਰਾ ਜਾਇਜ਼ ਤੋਂ ਜਾਇਜ਼ ਫਰੀ ਸਲਾਮਤ ਰਹੋ ਉਦੂ ਕਾਟਨ ਮੈਂ ਖੁਦ ਕਾਲ ਕਰੇ ਨਾ ਮੇਰਾ ਜਾਇਜ਼ ਤੋਂ ਜਾਇਜ਼ ਫਰੀ ਏ ਔਰ ਭਾਈ ਜਾਨ ਮਹਿਸੂਸ ਤੇ ਨਾ ਕਰ ਸੋ ਜਦਾਂ ਮੌਕੇ ਸਾਂਗਾ ਸਨ ਕੀ ਏ ਜਿਨ ਮਰਜ਼ੀ ਦੇ ਲੱਜਾਈ ਦੇ ਬਾਬੇ ਸ਼ਕ ਮੁਲਕ ਨੂੰ ਅੱਖੀਆਂ ਤੇ ਜਾਂ ਪਲਕਾਂ ਹੇਠ ਪਨਾਈਂਦੇ ਆਦਲ ਬਿਰਾ ਅੱਲਾ ਵਾਰਸ ਨਾਲ ਰਕੀਬ ਰਲਾ ਕੇ ਕਰ ਹਮਲੇ ਰੋਜ਼ ਜਫਾਈਂਦੇ ਓਏ ਅਸਾਂ ਰੁਸਤਮ ਵਾੜ ਤੇ ਚਿੜੀਆਂ ਕੋਈ ਨੂੰ ਇਹ ਧਮਕੀਆਂ ਹੋਰ ਕਿਦਾਈ ਸਲਾਮਤ ਰਹੋ ਸਲਾਮਤ ਰਹੋ ਤੁਸਾਂ ਜੀਓ ਸਲਾਮਤ ਰਹੋ ਬੜੀ ਮਿਹਰਬਾਨੀ ਭਾਈ ਜਾਨ ਸਲਾਮਤ ਰਹੋ ਭਾਈ ਜਾਨ ਇੱਕ ਲੱਗਦੇ ਨੂੰ ਆਖਿਆ ਔਰ ਗਰੰਟਡ ਗੱਲ ਹੈ ਬਾਅਦ ਵਿੱਚ ਤੁਸਾਂ ਵੀ ਆਖ ਸਕਦੇ ਮੇਰਾ ਤੂੰ ਹੈ ਸਭ ਕੁਝ ਤੂੰ ਹੈ ਉਹ ਮੇਰੀ ਗੱਲ ਤੇ ਕਰ ਇਤਬਾਰ ਹੈ ਮੇਰੀ ਜ਼ਾਤ ਤੂੰ ਪਤਾ ਨਹੀਂ ਕਿਸ ਗੱਲ ਦੀ ਤੈਨੂੰ ਚੱਲ ਬਣ ਗਈ ਸਿਰਦਾਰ ਹੈ ਬੜੀ ਮਿਹਰਬਾਨੀ ਔਰ ਮੇਰੇ ਮੂੰਹ ਦੀ ਗੱਲ ਨੂੰ ਮਤਲਬ ਤਹਿਰਵਾਨ ਬੁਕੀ ਸ਼ਰੀਫ ਮੇਰੇ ਮੂੰਹ ਦੀ ਗੱਲ ਨੂੰ ਕਸਮ ਖੁਦਾ ਦੀ ਲੈ ਫਿਰ ਕੇ ਵੇਖ ਚੌਧਾਰ ਬੰਦੇ ਫਖਰ ਤੋਂ ਦੱਸਦੇ ਨੇ ਬੰਦਿਆਂ ਨੂੰ ਸਾਡਾ ਰੁਸਤਮ ਜਾਇਆ ਯਾਰ ਸਲਾਮਤ ਰਹੋ ਭਾਈ ਜਾਨ ਇੱਕ ਮੰਜ਼ਲ ਦੇ ਮਤਲਾਸ਼ੀ ਨੂੰ ਪੁੱਠੇ ਰਾਹ ਲਾਈ ਰੱਖਿਆ ਤੁਸਾਂ ਮਾਰ ਸਾਹਿਬ ਪੱਖੀ ਵਾਸ ਨੂੰ ਪਿਆਰ ਦਾ ਲਾਲਚ ਦੇ ਕੇ ਡਾਡਾ ਫਾ ਲਾਈ ਰੱਖਿਆ ਹੈ ਤੁਸਾਂ ਜੁਆ ਰੁਸਤਮ ਸੰਗਤ ਚੋਂ ਨਿਖੜਨ ਦਾ ਬੇਜਾ ਲਾਈ ਰੱਖਿਆ ਤੁਸਾਂ ਓਏ ਅਸਾਂ ਜ਼ਿੰਦਗੀ ਦਾ ਤੇ ਲਾਈ ਵਧੇ ਆਸੇ ਸਨ ਦਾ ਲਾਈ ਰੱਖਿਆ ਅਸਾਂ ਜ਼ਿੰਦਗੀ ਦਾ ਤੇ ਲਾਈ ਵਧੇ ਆਸੇ ਸਨ ਦਾ ਲਾਈ ਰੱਖਿਆ ਤੁਸਾਂ ਇਹ ਵੀਡੀਓ ਸ਼ਾਇਦ ਨੈਟ ਤੇ ਚੜ ਜਾਵੇ ਕਿਦਾਂ ਹੀ ਦਾਂ ਬਾਂ ਹੋ ਜਾਵੇ ਇੱਕ ਦੋੜਾ ਉਹਦੇ ਤੋਂ ਕੋਈ ਇਹੋ ਦੋੜਾ ਜੀ ਮੈਂ ਤਾਵੇਦਾਰ ਭਾਈ ਜਾਨ ਇੱਕ ਮੰਜ਼ਲ ਦੇ ਮਤਲਾਸ਼ੀ ਨੂੰ ਪੁੱਠੇ ਰਾਹ ਲਾਈ ਰੱਖਿਆ ਤੁਸਾਂ ਪੱਖੀ ਵਾਸ ਨੂੰ ਪਿਆਰ ਦਾ ਲਾਲਚ ਦੇ ਕੇ ਡਾਡਾ ਫਾ ਲਾਈ ਰੱਖਿਆ ਹੈ ਤੁਸਾਂ ਔਰ ਜੁਆ ਰੁਸਤਮ ਸੰਗਤ ਚੋਂ ਨਿਖੜਨ ਦਾ ਬੇਜਾ ਲਾਈ ਰੱਖਿਆ ਹੈ ਤੁਸਾਂ ਐਸੀ ਜ਼ਿੰਦਗੀ ਦਾ ਤੇ ਲਾਈ ਵਧਿਆ ਸੇ ਸਨ ਦਾ ਲਾਈ ਰੱਖਿਆ ਹੈ ਤੁਸਾਂ ਔਰ ਦੁੱਲਾ ਸਾਹਿਬ ਜਿਸ ਬਸ਼ਰ ਦਾ ਮੈਂ ਬੰਦੇ ਮੇਲੇ ਤੂੰ ਮੇਲੇ ਸੰਗ ਲੱਗਦੇ ਨਾ ਜਿਸ ਬਸ਼ਰ ਦਾ ਮੈਂ ਬੰਦੇ ਮੇਲੇ ਤੂੰ ਕੱਲ ਨਾ ਲਿਖਵਾਇਆ ਬਾਤ ਉਵਾ ਜ਼ਾਲਮ ਸੁਣਿਆ ਲਿਖ ਕੇ ਚੁੰਮਦਾ ਨਾ ਹੋਰ ਕਿਸੇ ਦਾ ਬਾਤ ਔਰ ਅਦਲ ਬਿਰਾ ਰਾਤੀ ਖਾਬ ਵਿੱਚ ਤੱਕਿਆ ਰੁਸਤਮ ਝਾਇਆ ਉਹਦਾ ਸਿਰ ਦੁਸ਼ਮਣ ਦੀ ਬਾਂਹ ਤੇ ਅਸਾਂ ਕੰਬਲਿਆਂ ਮਨਕ ਤੋਂ ਬੰਨ ਛੋੜੀ ਬਾਂਹ ਆਪਣੀ ਮਾਰ ਕੇ ਅਸਾਂ ਕੰਬਲਿਆਂ ਮਨਕ ਤੋਂ ਬੰਨ ਛੋੜੀ ਬਾਂਹ ਆਪਣੀ ਮਾਰ ਕੇ ਬਾਂਹ ਤੇ ਸਲਾਮਤ ਰਹੋ ਤੁਸਾਂ ਜੀਓ ਹਾਂਜੀ ਸੁਣ ਲਓ ਇਹ ਵੱਡੀਆਂ ਸ਼ਹਿਰਾਂ ਜਾਓ ਨਾ ਪਾਰਕਾਂ ਜੋੜੇ ਬੈਠੇ ਹੁੰਦੇ ਨੇ ਸ਼ਾਦੀ ਸ਼ੁਦਾ ਜਾਂ ਗੈਰ ਸ਼ਾਦੀ ਸ਼ੁਦਾ ਤੇ ਉਹ ਗੱਪ ਲੈ ਰਹੇ ਹੁੰਦੇ ਯਕਦਮ ਇਹਦਾ ਇੱਕ ਬੰਦਾ ਹੁੰਦਾ ਜੀ ਗਰਮ ਆਂਡੇ ਹੁਣ ਸੁਣੋ ਸਲਾਮਤ ਰਹੋ ਤੁਸਾਂ ਜੀਓ ਮੁਹੱਬਤਾਂ ਦੇ ਵਾਰ ਨਹੀਂ ਹੋ ਸਾਈਂ ਆਖਰੀ ਦੋ ਦੋੜੇ ਮਿਲਾ ਤਮੀਦ ਆਖਰੀ ਇੱਕ ਵਾਰੀ ਮੁੜ ਤਾੜੀ ਮਾਰੋ ਸੱਤਾ ਜਿਹੜਾ ਮੈਂ ਦੌੜਾ ਸੁਣਾਉਣ ਲੱਗਾ ਮੇਰੀ ਪਹਿਚਾਣ ਦੌੜਾ ਹੈ ਸੱਤਾ ਵੀ ਆਂਦਾ ਕਦੀ ਨਹੀਂ ਸੌ ਬਣਿਆ ਤੈਨੂੰ ਕਿਸੇ ਨਹੀਂ ਇਹ ਸਮਝਾਇਆ ਮਾਰਵਾਰ ਸਿਆਲ ਸਾਹਿਬ ਛੰਗ ਮਲਕ ਤਹਿਰ ਸ਼ਹਿਜ਼ਾਦ ਅਵਾਨ ਸਾਹਿਬ ਅਫੀਸਰ ਪਾਕ ਆਰਮੀ ਮਲਕ ਤਾਰਕ ਅੰਗਰਾਜ ਸਾਹਿਬ ਕਿਬਲਾ ਮਾਰ ਨਜ਼ੀਰ ਅਹਿਮਦ ਨਜ਼ੀਰ ਸਾਹਿਬ ਦੇ ਇੰਤਹਾਈ ਲਾਇਕ ਸ਼ਗਿਰਦ ਸੱਤਾ ਵੀ ਆਂਦਾ ਕਦੀ ਨਹੀਂ ਸੌ ਬਣਿਆ ਤੈਨੂੰ ਕਿਸੇ ਨਹੀਂ ਇਹ ਸਮਝਾਇਆ ਜਿੰਦੇ ਮਾਣ ਤੇ ਮੁਲਕ ਨੂੰ ਸੇਤੀ ਵਤਨਾ ਹੈ ਬਾ ਅਜ਼ੀਮ ਪਰਾਇਆ ਔਰ ਲੱਗੇ ਧੋਪਤਾ ਸਜਣ ਖਜੂਰ ਦਾ ਰੁੱਖ ਜਿਵੇਂ ਦੇ ਨਹੀਂ ਸਕਦਾ ਸਾਇਆ ਕੋਈ ਕੰਨਾ ਮੋੜਦੇ ਸੀ ਆ ਸਿਆਣਾ ਬਾਣ ਹਰ ਬੰਦਾ ਨੂੰ ਰੁਸਤਮ ਜਾਇਆ ਬੜੀ ਮਿਹਰਬਾਨੀ ਕੋਈ ਕੰਨਾ ਮੋੜਦੇ ਸੀ ਆ ਸਿਆਣਾ ਬਾਣ ਜੀ ਬੜੀ ਮਿਹਰਬਾਨੀ ਮਲਕ ਵਕਾਸ ਸਾਹਿਬ ਭਾਈ ਜਾਬਰ ਅਬਾਸ ਦੈਮ ਸਾਹਿਬ ਦੇ ਭਾਈ ਸੱਤਾ ਵੀ ਆਂਦਾ ਕਦੀ ਨਹੀਂ ਸੌ ਬਣਿਆ
तैनू किसे ने ये समझाया जिंदे मान ते मुल्क नू से दीवत ने ही बाख अजीम पराया और लगे धोपता सजन खजूर दा रुख जिवें दे नहीं सकदा साया ओ कोई कन्ना मोड़ दे सिया सियाणा बण हर बंदा नू रुस्तम जाया और निहायत तवज्जो दूला भाई भाई जान जिवें जिवें चंद दे नाल चकोर दा संग है इंजे दिल बेता बिच तू है ओ जिते होवा जेड़े रंग चोवा मेरे सिर्फ हिसाब बिच तू है जिवें चंद दे नाल चकोर दा संग है इंजे दिल बेता बिच तू है जिते होवा जेड़े रंग चोवा मेरे सिर्फ हिसाब बिच तू है नहीं 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 जिथे हो ताड़ी बारो मैं रिपीट कर रहा जिथे हो जड़े रंग छो और मैं रुस्तम बख्त की ठल्ली हुई डीकर आज ऐन शबाब तू है पर मैं ना निकलिया इंज लगता है सोना सिर्फ खुशाब तू सलामत रहो भाई जान तेरे आरजी भल भाई वालिया दे हर सीर तो डाठे लगते तेरे नक्श ते सोनी सस्सी क्या जट्टी हीर तो डाढ़े लगते जिवें फैसले रब दियां वलियां दे तकदीर तो डाढ़े लगते इंजे रुस्तम सोनिया बनिया दे तुक्के तीर तो डाढ़े लगते बिला तमीद आखरी दौड़ा और ये मिसरा इंशाल्लाह तुहान याद रासी और पूरे मुशायरे मैं पढ़दिया भी इसे दौड़े का सवाद होंदा भाई आदल साहब किबला मार नजीर अमन नजीर साहब भाई जाबरदैन साहब मलक तारक अंगराज साहब मार बिलाल नजीर साहब मार तमूर नजीर साहब मेरे छोटे भाई फरजंद फखरे सरगोदा मार नजीर अमन नजीर साहब कल भाई बाबर कमर साहब उस्ताद जमान साहब मलक तौसीफ हफीज साहब मलक तैर शदाद पंजाबी अदबी शायर कर परख न सके हम सजना दी जट बखत दा आया चोना वत गरज दे बेलिया संगत दा सावन मेरे नाल निभाया चोना मलक साहब भला होने ढल गया वक्तां विच उन्ना ए फरमाया चोना बस गुरबत अस नहीं तां कसम खुदा दी बंदा रुस्तम जाया जमाना बड़े शौक से सुन रहा था हम ही सो गए दास्तां कहते कहते अपने सामान को बांधे हुए सोच में हूं जो कहीं के नहीं रहते वो कहां रहते हैं बस